ਇਸ ਵੇਲੇ ਦੀ ਵੱਡੀ ਖਬਰ ਅਮਰਪਾਲ ਸਿੰਘ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਕਿ ਅਮਰਪਾਲ ਦੀ ਹੁਣ ਤੱਕ ਦੀ ਸਭ ਤੋਂ ਵੱਕਰੀ ਤਸਵੀਰ ਸਾਹਮਣੇ ਆਈ ਹੈ ਤਸਵੀਰ ਸਾਡੇ ਦਰਸ਼ਕਾਂ ਨੂੰ ਦਿਖਾਉਣ ਜਾ ਰਹੇ ਹਾਂ ਇਹ ਤਸਵੀਰ ਜਿਹੜੀ ਅਮਰਪਾਲ ਦੀ ਇੱਕ ਜਗਾੜੂ ਰੇੜੇ ਦੇ ਵਿੱਚ ਬੈਠਾ ਨਜ਼ਰ ਆ ਰਿਹਾ ਅਮਰਪਾਲ ਸਿੰਘ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਹੈ ਇਹ ਜਗਾੜੂ ਰੇੜੇ ਦੇ ਵਿੱਚ ਸਣੇ ਮੋਟਰਸਾਈਕਲ ਜਿਹੜਾ ਬੈਠਾ ਨਜ਼ਰ ਆ ਰਿਹਾ ਭਾਈ ਅਮਰਪਾਲ ਸਿੰਘ ਇਹ ਤਸਵੀਰਾਂ ਵਾਈਰਲ ਹੋ ਰਹੀਆਂ ਨੇ ਕਈ ਦਿਨ ਦੀਆਂ ਜਿਦੇ ਵਿੱਚ ਕਾਲੀ ਐਨ ਇੱਕ ਗੁਲਾਬੀ ਪੱਗ ਅਤੇ ਪੈਂਟ ਸ਼ਰਟ ਪਾਈ ਹੋਈ ਹੈ ਅਮਰਤਪਾਲ ਸਿੰਘ ਨੇ ਹਾਲਾਂਕਿ ਅਮਰਤਪਾਲ ਦੇ ਸਮਰਥਕ ਜਿਹੜੇ ਆ ਕੁਝ ਹਾਲੇ ਵੀ ਸੋਸ਼ਲ ਮੀਡੀਆ ਤੇ ਵੀ ਤੇ ਉਦਾਂ ਵੀ ਮੰਨਣ ਨੂੰ ਤਿਆਰ ਨਹੀਂ ਕਿ ਇਹ ਅਮਰਤਪਾਲ ਦੀਆਂ ਤਸਵੀਰਾਂ ਨੇ ਪਰ ਦੂਜੇ ਪਾਸੇ ਪੁਲਿਸ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ ਅਮਰਤਪਾਲ ਸਿੰਘ ਦੀਆਂ ਹੀ ਜੜੀਆਂ ਇਹ ਤਸਵੀਰਾਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹੀ ਮੋਟਰਸਾਈਕਲ ਜਿਸ ਮੋਟਰਸਾਈਕਲ ਤੇ ਨੰਗਲ ਅੰਬੀਆਂ ਤੋਂ ਜਿਹੜਾ ਇਹ ਦੌੜਿਆ ਸੀਗਾ ਮੋਟਰਸਾਈਕਲ ਦੇ ਉੱਪਰ ਉਹੀ ਮੋਟਰਸਾਈਕਲ ਵੀ ਜਿਹੜਾ ਜਗਾੜੂ ਰੇੜੇ ਦੇ ਵਿੱਚ ਖੜਾ ਕੀਤਾ ਹੋਇਆ ਨਜ਼ਰ ਆ ਰਿਹਾ ਖੁਦ ਅਮਰਤਪਾਲ ਸਿੰਘ ਜਿਹੜਾ ਉਹ ਬੈਠਾ ਨਜ਼ਰ ਆ ਰਿਹਾ ਹੈ ਦੋ ਵਿਅਕਤੀ ਇੱਕ ਵਿਅਕਤੀ ਜਿਹੜਾ ਜਗਾੜੂ ਰੇੜਾ ਚਲਾ ਰਿਹਾ ਤੇ ਇੱਕ ਵਿਅਕਤੀ ਉਹ ਜਿਸ ਦੇ ਮਗਰ ਬੈਠ ਕੇ ਅਮਰਤਪਾਲ ਸਿੰਘ ਇਸ ਮੋਟਰਸਾਈਕਲ ਤੇ ਬੈਠ ਕੇ ਨੰਗਲੰਬੀਆਂ ਤੋਂ ਆਇਆ ਸੀ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਲਗਾਤਾਰ ਅਮਰਤਪਾਲ ਸਿੰਘ ਦੀਆਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਪਹਿਲਾਂ ਬਰੀਜਾ ਗੱਡੀ ਦੇ ਵਿੱਚ ਪਹਿਲਾ ਬਾਰੇ ਬਾਣੇ ਦੇ ਵਿੱਚ ਹੀ ਜਿਹੜੇ ਨਜ਼ਰ ਆਇਆ ਸੀ ਅਮਰਤਪਾਲ ਸਿੰਘ ਉਥੋਂ ਟੋਲ ਪਲਾਇਆ ਤੋਂ ਤਸਵੀਰਾਂ ਆਈਆਂ ਫਿਰ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦਾ ਬਰੀਜਾ ਗੱਡੀ ਦੇ ਵਿੱਚ ਚਾਰ ਬੰਦਿਆਂ ਦੇ ਨਾਲ ਬੈਠ ਕੇ ਹਾਲਾਂਕਿ ਜਿਹੜੇ ਬੰਦੇ ਅਮਰਤਪਾਲ ਨੂੰ ਬਰੀਜਾ ਗੱਡੀ ਦੇ ਵਿੱਚ ਭੁਜਾ ਕੇ ਲੈ ਕੇ ਆਏ ਸੀ ਉਹ ਜਿਹੜੇ ਆ ਗ੍ਰਿਫਤਾਰ ਕਰ ਲਏ ਗਏ ਆ ਪੁਲਿਸ ਦੇ ਵੱਲੋਂ ਤੇ ਅੱਗੋਂ ਬਰੀਜਾ ਗੱਡੀ ਦੇ ਵਿੱਚ ਜਿੱਥੋਂ ਪਹੁੰਚਦਾ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਉਥੋਂ ਇੱਕ ਇੱਕ ਕੱਪੜੇ ਬਦਲ ਕੇ ਆਪਣਾ ਚੋਲਾ ਬਾਣਾ ਜਿਹੜਾ ਲਾ ਕੇ ਤੇ ਫਿਰ ਐਨਕਾਂ ਲਾ ਕੇ ਪੱਗ ਬਨ ਕੇ ਗੁਲਾਬੀ ਔਰ ਪੈਂਟ ਸ਼ਰਟ ਜਿਹੜੀ ਆ ਪਾ ਕੇ ਤਾਂ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਤੋਂ ਮੋਟਰਸਾਈਕਲ ਤੇ ਅਮਰਤਪਾਲ ਸਿੰਘ ਜਦੋਂ ਦੌੜਦਾ ਤਾਂ ਉਹ ਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਸੀ ਕੱਲ ਤਾਂ ਅੱਜ ਇੱਕ ਨਵੀਂ ਤਸਵੀਰ ਜਿਹੜੀ ਸਾਹਮਣੇ ਆ ਗਈ ਅਮਰਤਪਾਲ ਸਿੰਘ ਦੀ ਜਿਹਦੇ ਵਿੱਚ ਜਗਾੜੂ ਰੇੜਾ ਜਗਾੜੂ ਰੇੜੇ ਦੇ ਵਿੱਚ ਬੈਠੇ ਨਜ਼ਰ ਆ ਰਹੇ ਆ ਤਿੰਨ ਵਿਅਕਤੀ ਪਹਿਲਾ ਵਿਅਕਤੀ ਚਲਾ ਰਿਹਾ ਜਿਸ ਦਾ ਜਗਾੜੂ ਰੇੜਾ ਹੈ ਦੂਜਾ ਕਾਲੇ ਕੱਪੜਿਆਂ ਦੇ ਵਿੱਚ ਵਿਅਕਤੀ ਬੈਠਾ ਨਜ਼ਰ ਆ ਰਿਹਾ ਜਿਹੜਾ ਅਮਰਤਪਾਲ ਸਿੰਘ ਨੂੰ ਉਸ ਦਿਨ ਮੋਟਰਸਾਈਕਲ ਤੇ ਬਿਠਾ ਕੇ ਭੁਜਾ ਕੇ ਲੈ ਕੇ ਆਇਆ ਸੀ ਇਹ ਵੀ ਮੋਟਰਸਾਈਕਲ ਜਿਹੜਾ ਹੁਣ ਤੱਕ ਬਰਾਮਦ ਕਰ ਲਿਆ ਪੁਲਿਸ ਨੇ ਔਰ ਅਮਰਤਪਾਲ ਸਿੰਘ ਜਿਹੜਾ ਉਹ ਬੈਠਾ ਨਜ਼ਰੀ ਆ ਰਿਹਾ ਹੈ ਫੋਟੋਆਂ ਦੇ ਵਿੱਚ ਤਸਵੀਰਾਂ ਦੇ ਵਿੱਚ ਨਜ਼ਰੀ ਆ ਰਿਹਾ ਭਾਈ ਅਮਰਤਪਾਲ ਸਿੰਘ ਬੈਠਾ ਤਾਂ ਇਹ ਵੀ ਦੱਸ ਦਈਏ ਕਿ ਇਹ ਮੋਟਰਸਾਈਕਲ ਔਰ ਇਹ ਬੰਦਾ ਵੀ ਜਿਹੜਾ ਉਹ ਫੜਿਆ ਜਾ ਚੁੱਕਿਆ ਹੈ ਔਰ ਇਹ ਲਗਾਤਾਰ ਤਸਵੀਰਾਂ 18 ਤਰੀਕ ਦੀਆਂ ਜਿਸ ਦਿਨ ਦਾ ਇਹ ਪਹਿਲਾ ਐਪੀਸੋਡ ਹੈ ਜਿਸ ਦਿਨ ਅਮਰਤਪਾਲ ਸਿੰਘ 도ੜਿਆ ਉਸ ਦਿਨ ਦੀਆਂ ਇਹ ਤਸਵੀਰਾਂ ਪਹਿਲੇ ਦਿਨ ਦੀਆਂ ਨੇ 18 ਤਰੀਕ ਦੀਆਂ ਇਹ ਤਸਵੀਰਾਂ ਨੇ ਤਾਂ ਹਾਲੇ ਅਮਰਤਪਾਲ ਸਿੰਘ ਜਿਹੜਾ ਉਹ ਫਰਾਰ ਹੀ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਮੁਤਾਬਿਕ ਤਾਂ ਦੂਜੇ ਪਾਸੇ ਅਮਰਤਪਾਲ ਦੇ ਸਮਰਥਕ ਜਿਹੜੇ ਆ ਇਹ ਖਦਸ਼ਾ ਜਿਤਾ ਰਹੇ ਨੇ ਕਿ ਅਮਰਤਪਾਲ ਸਿੰਘ ਜਿਹੜਾ ਉਹ ਫੜਿਆ ਹੋਇਆ ਹਾਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਫੜਿਆ ਹੋਇਆ ਤੇ ਦੂਜੇ ਪਾਸੇ ਪਰਿਵਾਰ ਵੀ ਇਹੀ ਗੱਲ ਕਹਿ ਰਿਹਾ ਕਿ ਸਾਨੂੰ ਖਦਸ਼ਾ ਹੈ ਕਿ ਅਮਰਤਪਾਲ ਸਿੰਘ ਨੂੰ ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਔਰ ਉਸ ਦਾ ਜਿਹੜਾ ਫੇਕ ਅਨਕਾਊਂਟਰ ਵੀ ਬਣਾਇਆ ਜਾ ਸਕਦਾ ਜਿਸ ਨੂੰ ਲੈ ਕੇ ਇੱਕ ਪਟੀਸ਼ਨ ਵੀ ਅਮਰਤਪਾਲ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਲੀਗਲ ਸੈਕਟਰੀ ਜਿਹੜੇ ਹੈਗੇ ਨੇ ਈਮਾਨ ਸਿੰਘ ਖਾਰਾ ਉਹਨਾਂ ਦੇ ਵੱਲੋਂ ਪਟੀਸ਼ਨ ਵੀ ਪਾਈ ਗਈ ਸੀ ਉਸ ਪਟੀਸ਼ਨ ਦੇ ਉੱਪਰ ਸਰਕਾਰ ਨੂੰ ਜਿਹੜੀ ਉਹ ਝਾੜ ਵੀ ਲਾਈ ਗਈ ਸੀ ਹਾਈ ਕੋਰਟ ਦੇ ਵੱਲੋਂ ਜਿਦੇ ਵਿੱਚ ਕਿਹਾ ਗਿਆ ਸੀ ਕਿ ਜੇ ਅਮਰਤਪਾਲ ਇਨਾ ਖਤਰਨਾਕ ਸੀ ਤਾਂ ਫਿਰ ਤੁਸੀਂ ਫੜਿਆ ਕਿਉਂ ਨਹੀਂ ਤੇ ਹਲੇ ਫਰਾਰ ਕਿਵੇਂ ਆ ਤਾਂ ਇਹੋ ਜੀਆਂ ਗੱਲਾਂ ਵੀ ਸਾਹਮਣੇ ਆਈਆਂ ਸੀ ਤਪੋਲਸ ਦਾ ਲਗਾਤਾਰ ਇਹ ਗੱਲ ਕਹਿਣੀ ਹੈ ਕਿ ਅਮਰਤਪਾਲ ਸਿੰਘ ਜਿਹੜਾ ਫਰਾਰ ਹੈ ਪਰ ਤਸਵੀਰਾਂ ਜਿਹੜੀਆਂ ਨੇ ਪਰ ਤਸਵੀਰਾਂ ਜਿਹੜੀਆਂ ਨੇ ਹਾਲੇ ਤੱਕ ਉਹ 18 ਤਰੀਕ ਦੀਆਂ ਹੀ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਹਲੇ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਨਹੀਂ ਹੋਈਆਂ ਤਾਂ ਕੀ ਅਮਰਤਪਾਲ ਸਿੰਘ ਫਰਾਰ ਹੈ ਕੀ ਅਮਰਤਪਾਲ ਸਿੰਘ ਵਿਦੇਸ਼ ਭਜਣ ਦੀ ਤਾਕ ਦੇ ਵਿੱਚ ਹੈ ਜਾਂ ਫਿਰ ਵਾਕਿ ਹੀ ਅਮਰਤਪਾਲ ਸਿੰਘ ਜਿਹੜਾ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਹਾਲੇ ਤੱਕ ਜਿਹੜੀਆਂ ਉਹ ਤਸਵੀਰਾਂ ਨੇ ਉਹ ਸਿਰਫ ਔਰ ਸਿਰਫ 18 ਤਰੀਕ ਦੀਆਂ ਹੀ ਵਾਇਰਲ ਹੋਈਆਂ ਨੇ ਤਾਂ ਪੁਲਿਸ ਕਹਿ ਰਹੀ ਹੈ ਕਿ ਅਮਰਤਪਾਲ ਸਿੰਘ ਫਰਾਰ ਹੈ ਵਿਦੇਸ਼ ਭੱਜਣ ਦੀ ਤਾਕਤ ਦੇ ਵਿੱਚ ਵੀ ਹੋ ਸਕਦਾ ਹੈ ਇਸੇ ਕਰਕੇ ਜਿਹੜੀ ਇਹ ਬਾਰਡਰਾਂ ਦੇ ਉੱਪਰ ਅਲਰਟ ਕਰ ਦਿੱਤਾ ਗਿਆ ਚਾਹੇ ਉਹ ਨੇਪਾਲ ਵਾਲਾ ਬਾਰਡਰ ਹੋਵੇ ਚਾਹੇ ਉਹ ਜਿਹੜਾ ਪਾਕਿਸਤਾਨ ਵਾਲਾ ਬਾਰਡਰ ਹੋਵੇ ਤਾਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਦੂਜੇ ਪਾਸੇ ਸਮਰਥਕ ਔਰ ਪਰਿਵਾਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਖਦਸ਼ਾ ਹੈ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਅਮਰਤਪਾਲ ਤਾਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਨਵੀਂ ਅਜਿਹੀਆਂ ਗੱਲਾਂ ਦੇ ਵਿਚਕਾਰ ਅੱਜ ਇਹ ਨਵੀਂ ਤਸਵੀਰ ਅਮਰਤਪਾਲ ਸਿੰਘ ਦੀ ਜਿਹੜੀ ਸਾਹਮਣੇ ਆ ਗਈ ਹੈ ਅਮਰਤਪਾਲ ਸਿੰਘ ਇੱਕ ਜਗਾੜੂ ਰ ਦਿਖਾਈ ਦੇ ਰਿਹਾ ਔਰ ਸਾਡੇ ਮੋਟਰਸਾਈਕਲ ਜਿਹੜਾ ਉਹ ਬੈਠਾ ਦਿਖਾਈ ਦੇ ਰਿਹਾ ਹੋਰ ਵੱਡੀਆਂ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਜਾਨਾ ਲੋਕਨਾ ਟੀਵੀ ਦੇ ਨਾਲ